ਇੱਕ ਕੇਸ ਸਾਹਮਣੇ ਆਉਂਦਾ ਆ 1952 ਵਿੱਚ। ਇੱਕ ਔਰਤ ਜਿਸਦਾ ਨਾਮ ਸੀ ਐਵਾ ਪਰੌਨ, ਜਿਹੜੀ ਕਿ ਉਸ ਸਮੇਂ ਅਰਜਨਟੀਨਾ ਦੇ ਪ੍ਰੈਜ਼ੀਡੈਂਟ ਜੌਨ ਪਰੌਨ ਦੀ ਪਤਨੀ ਸੀ, ਉਹ ਆਪਦੇ ਘਰ ਵਾਲੇ ਦੀ ਪਾਰਟੀ ਵਿੱਚੋਂ ਹੀ ਇੱਕ ਹੋਰ ਅੱਡ ਪਾਰਟੀ ਚਲਾ ਰਹੀ ਸੀ ਅਤੇ ਜੌਨ ਦਾ ਵਿਰੋਧ ਕਰ ਰਹੀ ਸੀ, ਜਿਸ ਕਰਕੇ ਉਸ ਸਮੇਂ ਅਰਜਨਟੀਨਾ ਵਿੱਚ ਸਿਵਲ ਵਾਰ ਵਰਗੇ ਹਾਲਾਤ ਬਣ ਗਏ। ਉਸ ਨੂੰ ਬ੍ਰੇਨ ਕੈਂਸਰ ਵੀ ਸੀ, ਜਿਸ ਕਰਕੇ ਉਸ ਦੀ ਫਰੰਟਲ ਲੋਬੋਟੋਮੀ ਨਾਲ ਸਰਜਰੀ ਕੀਤੀ ਗਈ ਇੱਕ ਅਮੈਰੀਕਨ ਡਾਕਟਰ ਦੁਆਰਾ। ਪਰ ਉਹ ਸਿਰਫ ਕੈਂਸਰ ਵਾਸਤੇ ਨਹੀਂ ਬਲਕਿ ਉਸਦਾ ਮਾਇੰਡ ਕੰਟਰੋਲ ਅਤੇ ਪਰਸਨੈਲਿਟੀ ਡਿਵੈਲਪਮੈਂਟ ਕਰਨ ਵਾਸਤੇ ਵੀ ਕੀਤੀ ਗਈ ਸੀ, ਜਿਸ ਕਰਕੇ ਉਸ ਸਮੇਂ ਵਿੱਚ ਸਿਵਲ ਵਾਰ ਰੁਕ ਗਈ। ਵੈਸੇ ਤਾਂ ਆ ਸਰਜਰੀ ਬਹੁਤ ਹੀ ਪ੍ਰਾਈਵੇਸੀ ਵਿੱਚ ਕੀਤੀ ਗਈ ਸੀ, ਪਰ ਬਾਅਦ ਵਿੱਚ ਜਿਹੜੇ ਉੱਥੋਂ ਦੇ ਵਰਕਰ ਸੀ ਉਹਨਾਂ ਨੇ ਦੱਸਿਆ ਕਿ ਸਿਰਫ ਐਵਾ ਪਰੌਨ 'ਤੇ ਹੀ ਸਰਜਰੀ ਨਹੀਂ ਕੀਤੀ ਗਈ, ਉੱਥੇ ਕਈ ਜੇਲ੍ਹ ਦੇ ਕੈਦੀ ਵੀ ਮੌਜੂਦ ਸਨ ਜਿਨ੍ਹਾਂ 'ਤੇ ਮਾਇੰਡ ਕੰਟਰੋਲ ਵਾਲੀ ਟੈਕਨੀਕ ਵਰਤੀ ਗਈ।